ਵੱਡੀ ਖਬਰ ਹੈ, ਦੱਸ ਦਈਏ ਕਿ ਐਮ ਪੀ ਸਰਬਜੀਤ ਸਿੰਘ ਖਾਲਸਾ ਨੇ ਸੰਕੇਤ ਦਿੱਤੇ ਨੇ, ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਚੋਣ ਲੜ ਸਕਦਾ ਹੈ। ਸੁਖਵਿੰਦਰ ਸਿੰਘ ਅਗਵਾਨ ਦੇ ਵੀ ਚੋਣ ਲੜਨ ਦੀਆਂ ਚਰਚਾਵਾਂ ਨੇ ਤਾਂ ਭਾਈ ਸਤਵੰਤ ਸਿੰਘ ਦਾ ਭਤੀਜਾ ਹੈ ਸੁਖਵਿੰਦਰ ਸਿੰਘ, ਔਰ ਲੋਕ ਸਭਾ ਚੋਣਾਂ ਦੇ ਦੌਰਾਨ ਸਰਬਜੀਤ ਸਿੰਘ ਦੇ ਨਾਲ ਸਰਗਰਮ ਰਹੇ ਨੇ, ਤਾਂ ਕੁੱਲ ਮਿਲਾ ਕੇ ਗਿੱਦਰਬਾਹਾ ਜਿਹੜੀ ਸੀਟ ਹੈ ਉੱਥੇ ਕਾਫੀ ਜ਼ਿਆਦਾ ਸਿਆਸੀ ਹਲਚਲ ਪਿਛਲੇ ਦਿਨਾਂ 'ਚ ਵੇਖਣ ਨੂੰ ਮਿਲੀ, ਜਿੱਥੇ ਡਿੰਪੀ ਢਿੱਲੋਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਹੱਥ ਫੜਿਆ, ਪੱਲਾ ਫੜਿਆ, ਤਾਂ ਦੂਸਰੇ ਪਾਸੇ ਰਾਜਾ ਵੜਿੰਗ ਨੇ ਵੀ ਸੰਕੇਤ ਦਿੱਤੇ ਕਿ ਉਹਨਾਂ ਦੇ ਵੱਲੋਂ ਜਦੋਂ ਦਿਲਚਸਪ ਚੋਣ ਹੁੰਦੀ ਹੈ ਤਾਂ ਲੜਨ ਦਾ ਮਜ਼ਾ ਹੀ ਵੱਖਰਾ ਹੈ। ਇਸ ਕਿਸਮ ਦੇ ਨਾਲ ਉਹਨਾਂ ਨੇ ਬਿਆਨਬਾਜ਼ੀ ਕੀਤੀ ਤਾਂ ਗਿੱਦਰਬਾਹਾ ਤੋਂ ਚੋਣ ਲੜ ਸਕਦਾ ਹੈ ਦੀਪ ਸਿੱਧੂ ਦਾ ਭਰਾ, ਹੁਣ ਜਾਣਕਾਰੀ ਹੈ, ਔਰ ਐਮ ਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਸੰਕੇਤ ਦਿੱਤੇ ਗਏ ਨੇ ਤਾਂ ਦੀਪ ਸਿੱਧੂ ਦੇ ਭਰਾ ਦੇ ਵੱਲੋਂ ਚੋਣ ਲੜੀ ਜਾ ਸਕਦੀ ਹੈ। ਸੁਖਵਿੰਦਰ ਸਿੰਘ ਅਗਵਾਨ ਦੇ ਵੀ ਚੋਣ ਲੜਨ ਦੀਆਂ ਚਰਚਾਵਾਂ ਨੇ, ਭਾਈ ਸਤਵੰਤ ਸਿੰਘ ਦਾ ਭਤੀਜਾ ਹੈ ਸੁਖਵਿੰਦਰ ਸਿੰਘ, ਤਾਂ ਲੋਕ ਸਭਾ ਚੋਣਾਂ ਦੇ ਦੌਰਾਨ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹਨਾਂ ਦੇ ਨਾਲ ਸਰਗਰਮ ਰਹੇ ਨੇ। ਜਿਮਨੀ ਚੋਣਾਂ ਦਾ ਜਲਦ ਐਲਾਨ ਹੋ ਸਕਦਾ ਹੈ, ਪਰ ਗਿੱਦੜਬਾਹ ਜਿਹੜੀ ਸੀਟ ਹੈ ਉਹਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ। ਡਿੰਪੀ ਢਿੱਲੋਂ ਅਕਾਲੀ ਦਲ ਛੱਡ ਜਾਂਦੇ ਨੇ, ਤੁਹਾਡੀ ਕਿਸ ਤਰੀਕੇ ਦੀ ਤਿਆਰੀ? ਸਾਡੀ ਵੀ ਤਿਆਰੀ ਹੈ ਜੀ, ਹਾਲੇ ਤੱਕ ਤਾਂ ਤਿਆਰੀ ਹੈ ਅਤੇ ਹਾਲੇ ਐਕਚੁਅਲੀ ਡੇਟ ਡਿਕਲੇਅਰ ਨਹੀਂ ਹੋਈ, ਫਿਰ ਅਸੀਂ ਕਰਾਂਗੇ ਸਾਰਾ ਕੁਛ। ਕੌਣ ਉੱਥੋਂ ਤੁਹਾਡੇ ਵੱਲੋਂ ਮੈਦਾਨ ਦੇ ਵਿੱਚ ਉਤਰ? ਸਾਡੇ ਵੱਲੋਂ ਜੀ ਦੀਪ ਸਿੱਧੂ ਦਾ ਬ੍ਰਦਰ, ਉਹ ਉਤਰ ਸਕਦੇ ਹਨ ਮੈਦਾਨ 'ਚ। ਹੋਰ ਜਿੱਦਾਂ ਡੇਰਾ ਬਾਬਾ ਨਾਨਕ ਹੈ, ਉਹਨਾਂ ਸੀਟਾਂ 'ਤੇ ਕੋਈ ਫੈਸਲਾ ਲਿਆ ਕਿ ਕਿਹਨੂੰ ਮੈਦਾਨ 'ਚ ਉਤਰ? ਉੱਧਰ ਸਾਡਾ ਕੋਈ ਫੈਸਲਾ ਨਹੀਂ, ਕਿਉਂਕਿ ਸੁਖਵਿੰਦਰ ਸਿੰਘ ਅਗਵਾਨ ਜਿਹੜੇ ਤੁਹਾਡੇ ਨਾਲ ਵੀ ਨਜ਼ਰ ਆਉਂਦੇ ਆ ਉਹਨਾਂ ਦੇ ਨਾਂ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ ਕਿ ਉਹ ਵੀ ਕਿਸੇ ਨਾ ਕਿਸੇ ਹੈ, ਦੋਨਾਂ 'ਚੋਂ ਇੱਕ ਹੈ। ਮਤਲਬ ਮੈਂ ਉਹਨਾਂ ਦਾ ਜਾਣ ਕੇ ਨਹੀਂ ਨਾਮ ਲਿਆ ਸੀ ਕਿਸੇ ਗੱਲ ਕਰਕੇ, ਉਹ ਵੀ ਨਾਲ ਹੀ ਹੈ। ਗਿੱਦੜਬਾਹ ਤੋਂ ਇਹ ਦੋ ਨਾਂ ਨੇ, ਉਹਨਾਂ 'ਚੋਂ ਦੋਵਾਂ 'ਚੋਂ ਕੋਈ ਨਾਂ 'ਚੋਂ ਇੱਕ, ਹਾਂ ਅਗਵਾਨ ਵੀ ਹੋ ਸਕਦੇ ਆ। ਤੇ ਹਾਲੇ ਇਹਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ? ਨਹੀਂ ਹਾਲੇ ਫੈਸਲਾ ਨਹੀਂ ਹੈ। ਜੇਕਰ ਦੇਖੀਏ ਤਾਂ ਜਿਹੜਾ ਤੁਸੀਂ ਦੀਪ ਸਿੱਧੂ ਦੇ ਬ੍ਰਦਰ ਦਾ ਨਾਂ ਲਿਆ, ਉਹ ਮੰਨਿਆ ਜਾਂਦਾ ਕਿ ਉਹ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਕਰੀਬੀ ਨੇ ਔਰ ਸੁਖਵਿੰਦਰ ਅਗਵਾਨ ਤੁਹਾਡੇ ਕਰੀਬੀ ਨੇ, ਤਾਂ ਇਹਨਾਂ ਦੋਵਾਂ ਨੂੰ ਲੈ ਕੇ ਫਿਰ ਸਹਿਮਤੀ ਕਿੱਦਾਂ ਬਣੇ? ਨਹੀਂ ਕੋਈ ਨਹੀਂ ਹੋ ਜਾਏਗੀ ਸਹਿਮਤੀ, ਤਾਂ ਸਾਡੇ 'ਚ ਕੋਈ ਖਿੱਚੋਤਾਣ ਨਹੀਂ ਹੈ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਖਾਲਸਾ ਜੀ ਤੁਸੀਂ ਐਮ ਪੀ ਹੋ, ਤੁਹਾਡੇ ਹੀ ਸੰਸਦ ਭਵਨ ਦੀ ਇੱਕ ਜਿਹੜੀ ਮੈਂਬਰ ਹੈ ਕੰਗਨਾ ਰਣੌਤ, ਉਹਦੇ ਬਿਆਨਬਾਜ਼ੀ ਜਾਂ ਜਿਹੜੀ ਫਿਲਮ ਨੂੰ ਲੈ ਕੇ ਚਰਚਾ ਹੋ ਰਹੀ ਹੈ, ਕਿਉਂਕਿ ਤੁਹਾਡਾ ਪਰਿਵਾਰ ਦਾ ਤਾਂ ਸਿੱਧੇ ਤੌਰ 'ਤੇ ਜੋ ਕੁਝ ਉਹਦੇ ਵਿੱਚ ਦਿਖਾਇਆ ਗਿਆ ਉਹਦੇ ਨਾਲ ਨਾਤਾ ਹੈ, ਉਹਨੂੰ ਕਿੱਦਾਂ ਦੇਖਦੇ? ਜਿਹੜੀ ਜੀ ਅਸੀਂ ਟ੍ਰੇਲਰ ਦੇਖਿਆ, ਜੋ ਟ੍ਰੇਲਰ ਦਿਖਾਇਆ ਉਹ ਗਲਤ ਹੈ, ਜਿਹੜੀ ਚੀਜ਼ ਕਦੇ ਗੱਲ ਕਦੇ ਹੋਈ ਨਹੀਂ ਉਹਦੇ ਵਿੱਚ ਦਰਸਾਇਆ ਗਿਆ ਦਿਖਾਇਆ ਗਿਆ ਹੈ। ਅਸੀਂ ਇਸੇ ਗੱਲ ਕਰਕੇ ਮੰਗ ਕਰਦੇ ਹਾਂ ਬਈ ਇਹ ਫਿਲਮ 'ਤੇ ਬੈਨ ਲੱਗਣਾ ਚਾਹੀਦਾ। ਹਾਂ ਉਹ ਤੇ ਉਹਦੇ ਵਿੱਚ ਕਿਉਂਕਿ ਹਾਲੇ ਤਾਂ ਕੁਝ ਸੈਕਿੰਡ ਦਾ ਜਾਂ ਕੁਝ ਮਿੰਟਾਂ ਦਾ ਟ੍ਰੇਲਰ ਹੀ ਹੈ, ਉਹਦੇ ਤੋਂ ਕਿੱਦਾਂ ਤੁਹਾਨੂੰ ਇਹ ਲੱਗਿਆ ਕਿ ਫਿਲਮ ਜਿਹੜੀ ਸਿੱਖਾਂ ਦੇ ਖਿਲਾਫ? ਉਹਦੇ ਵਿੱਚ ਐਕਚੁਅਲੀ ਜਿਹੜੀ ਚੀਜ਼ ਦਿਖਾਈ ਗਈ ਹੈ ਨਾ ਉਹ ਕਦੇ ਹੈਪਨ ਹੀ ਨਹੀਂ ਹੋਈ। ਉਹਦੇ ਵਿੱਚ ਦਿਖਾਇਆ ਵੀ ਸੰਤ ਭਿੰਡਰਾਂ ਵਾਲੇ ਇੰਦਰਾ ਗਾਂਧੀ ਨੂੰ ਕਹਿੰਦੇ ਆ ਵੀ ਤੈਨੂੰ ਵੋਟਾਂ ਚਾਹੀਦੀਆਂ, ਸਾਨੂੰ ਖਾਲਿਸਤਾਨ ਚਾਹੀਦਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਹਮੇਸ਼ਾ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਹੈ, ਵੱਧ ਅਧਿਕਾਰਾਂ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਸੀ ਵੀ ਜਦੋਂ ਅਕਾਲ ਤਖਤ ਸਾਹਿਬ 'ਤੇ ਹਮਲਾ ਹੋਊਗਾ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਹਨਾਂ ਨੇ ਕਦੇ ਹੀ ਆਪਣੀ ਲਾਈਫ ਦੇ ਵਿੱਚ ਇੰਦਰਾ ਗਾਂਧੀ ਨੂੰ ਨਹੀਂ ਕਿਹਾ। ਵੀਡੀਓ ਵੀ ਅੱਜ ਕੱਲ੍ਹ ਬਹੁਤ ਵਾਇਰਲ ਹੋ ਰਹੀ ਜਿਹਦੇ 'ਚ ਉਹ ਗੱਲ ਕਹਿੰਦੇ, ਹਾਂ ਉਹਨਾਂ ਨੇ ਕਦੀ ਨਹੀਂ ਖਾਲਿਸਤਾਨ ਦੀ ਮੰਗ ਕੀਤੀ। ਐਕਚੁਅਲੀ ਨਾ ਇਹ ਜੋ ਇਹਨਾਂ ਦੇ ਮਨ 'ਚ ਆਉਂਦਾ ਹੈ ਉਹ ਪੁੱਠਾ ਸਿੱਧਾ ਦਿਖਾਈ ਜਾਂਦੇ ਆ, ਫਿਰ ਉਹਦੇ ਕਰਕੇ ਮਾਹੌਲ ਖਰਾਬ ਹੁੰਦਾ ਹੈ। ਫਿਲਮਾਂ ਇਹਦੇ ਪਿੱਛੇ ਕੋਈ ਸਿਆਸੀ ਮੰਸ਼ਾ? ਨਹੀਂ ਸਿਆਸੀ ਮੰਸ਼ਾ ਦਾ ਤਾਂ ਕੀ ਹੈ, ਕੰਗਣਾ ਦੀ ਜੋ ਇਹਦਾ ਬਿਹੇਵੀਅਰ ਹੈ
ਇਹਦੇ ਨਾਲ ਇਹਨਾਂ ਦੀ ਪਾਰਟੀ ਨੂੰ ਬਹੁਤ ਨੁਕਸਾਨ ਹੋਣਾ ਹੈ ਅਤੇ ਹੋ ਰਿਹਾ ਹੈ ਹੈ ਨਾ, ਇਹਨੂੰ ਤਾਂ ਪਾਰਟੀ 'ਚੋਂ ਕੱਢ ਦੇਣਾ ਚਾਹੀਦਾ ਹੈ।